ਸਾਬ ਨੇ ਇੱਕ ਬਿਆਨ ਦਿੱਤਾ ਕਿ ਇੱਕ ਪਿੰਡ ਦਾ ਜਿਹੜਾ ਸਰਪੰਚ ਆ ਨਾ ਪੂਰੇ ਪਿੰਡ ਨੂੰ ਵੈਕਸੀਨੇਟ ਕਰ ਦੂਗਾ ਨਾ ਮੈਂ ਇਹਨੂੰ 10 ਲੱਖ ਦੀ ਗ੍ਰਾਂਟ ਦੇਣਾ ਮੈਂ ਕੈਪਟਨ ਸਨ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਆਪਣਾ ਪਿੰਡ ਵੀ ਵੈਕਸੀਨੇਟ ਕਰਾ ਲਓ ਮੈਂ ਤੁਹਾਨੂੰ 10 ਲੱਖ ਦੀ ਗ੍ਰਾਂਟ ਦੇਣਾ ਵੈਕਸਿਨ ਵਾਸਤੇ ਲੋਕ ਤਰਲੇ ਪਾ ਰਹੇ ਆਂ ਔਰ ਵੈਕਸਿਨ ਦੀ ਬਲੈਕ ਹੋਣੀ ਵੀ ਸ਼ੁਰੂ ਹੋ ਗਈ ਆ ਤੁਸੀਂ ਕਿੱਥੋਂ ਵੈਕਸੀਨੇਸ਼ਨ ਦੇ ਰਹੇ ਸੇ ਜੇ ਤੁਸੀਂ ਗਵਰਨਮੈਂਟ ਹਸਪੀਟਲ ਗਏ ਇਹ ਉੱਥੇ ਕੋਈ ਇਲਾਜ ਨਹੀਂ ਕੋਈ ਆਕਸੀਜਨ ਨਹੀਂ ਕੋਈ ਕੁਝ ਨਹੀਂ ਤੇ ਤੁਹਾਡੀ ਬਾਡੀ ਬਾਹਰ ਆਊਗੀ ਬੰਦਾ ਮਾਰ ਕੇ ਬਾਹਰ ਆਊਗਾ ਜੋ ਆਪਣੀ ਗਰਲਫ੍ਰੈਂਡ ਨਾਲ ਪਾਕਿਸਤਾਨ ਦੇ ਵਿੱਚ ਗੱਲਾਂ ਕਰ ਰਿਹਾ ਕਿ ਸੀਤਾ ਫਲ ਉਹ ਕਹਿੰਦੀ ਮੈਨੂੰ ਸੀਤਾ ਫਲ ਭੇਜ ਦਿਓ ਚੀਕੋ ਭੇਜ ਦਿਓ ਜਿਹੜੇ ਮੈਂ ਇੱਥੇ ਸਿਸਵਾਲੇ ਫਾਰਮ ਹੋਸ ਦੇ ਵਿੱਚ ਲਾਏ ਆ ਬੜੀ ਸ਼ਰਮ ਵਾਲੀ ਗੱਲ ਆ ਕਿ ਰਾਜਾ ਸਾਹਿਬ ਅਯਾਸ਼ੀ ਕਰ ਰਿਹਾ ਤੇ ਦੁਨੀਆ ਮਰ ਰਹੀ ਆ ਸਿੰਘ ਬੈਂਸ ਨੇ ਉਹਨਾਂ ਤੇ ਵੀ ਤਾਂ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਨੇ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਜਿਹੜਾ ਚਾਲੀ ਦਾ ਲਾਲਿਆਂ ਨਾਲ ਉਹਨਾਂ ਦੀ ਬਹਿਸ ਹੁੰਦੀ ਆ ਉਹ ਦਸਤਾਰਾਂ ਲਾਈਆਂ ਜਾਂਦੀਆਂ ਨੇ ਤੁਸੀਂ ਆਂਦੇ ਹੋ ਜੁੰਡਾ ਰਾਜ ਪਰ ਉਹਨਾਂ ਤੇ ਵੀ ਤਾਂ ਇਹੀ ਇਲਜ਼ਾਮ ਲਾਇਆ ਜਾ ਰਹੇ ਨੇ ਕਿ ਉਹਨਾਂ ਨੇ ਵੀ ਬਦਮਾਸ਼ੀ ਕੀਤੀ ਐ ਅਦੇ ਜਿਹੜੀਆਂ ਦਸਤਾਰਾਂ ਲਾਈਆਂ ਜਿਵੇਂ ਦੇ ਇਹਨਾਂ ਨੇ ਜੁਰਮ ਕੀਤਾ ਉਹਦਾ ਜੁਰਮ ਦਾ ਜਵਾਬ ਬੈਂਸ ਸਾਹਿਬ ਨੇ ਦਿੱਤਾ ਬੈਂਸ ਸਾਹਿਬ ਨੇ ਕੋਈ ਵਾਅਦਾ ਨਹੀਂ ਕੀਤਾ ਪਰ ਮੂਰਤ ਤਾਂ ਦੱਸਿਆ ਜਾ ਰਿਹਾ ਜੀ ਉਸ ਰੋਡ ਦਾ ਪਹਿਲਾਂ ਹੀ ਹੋਇਆ ਸੀ ਜਿੱਥੇ ਬੈਂਸ ਸਾਹਿਬ ਦੁਬਾਰਾ ਮੂਰਤ ਜਾ ਰਿਹਾ ਸੀ ਜੈ ਸਾਹਿਬ ਦੇ ਜਿਹੜੇ ਬੇਟੇ ਨੇ ਉਹਨਾਂ ਵੱਲੋਂ ਜਿਹੜੀ ਵੀਡੀਓ ਆਏ ਦਿਨੀ ਵਾਇਰਲ ਹੋ ਰਹੀਆਂ ਜਾਂਦੋਂ ਪੰਜਾਬ ਪੁਲਿਸ ਨਾਲ ਬੈਠ ਰਹੇ ਨੇ ਜਾਂ ਉਸ ਦਿਨ ਦੀ ਵੀਡੀਓ ਵੀ ਜਿਹੜੀ ਉਹਦੇ ਵਿੱਚ ਉਹ ਲੱਤ ਮਾਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਬਾਰੇ ਕੀ ਗੱਲ ਚਲਾਨ ਜੇ ਪੁਲਿਸ ਨਜਾਇਜ਼ ਕੱਟਦੀ ਆ ਤੇ ਮੈਂ ਵੀ ਵਿਰੋਧ ਕਰਾਂਗਾ ਜੇ ਜਾਇਜ਼ ਚਲਾਨ ਪੁਲਿਸ ਕੱਟਦੀ ਆ ਕੋਈ ਵਿਰੋਧ ਨਹੀਂ ਆ ਉਸ ਦਿਤੀ ਜਾ ਰਹੀ ਸੀਗਾ ਮੇਰਾ ਬਾਪ ਜਿਹੜਾ ਐਮ ਐਲ ਏ ਆ ਸਿਮਰਜੀਤ ਸਿੰਘ ਬਾਇਸਲਾ ਮੈਂ ਬੇਟਾ ਹਾਂ ਤੁਸੀਂ ਜਿਹੜਾ ਚੈਨਲ ਪੰਜਾਬ ਨਾਲ ਮੈਂ ਹਾਂ ਧਰਮਵੀਰ ਗਿੱਲ ਲਾਲੀ ਅੱਜ ਅੰਮ੍ਰਿਤਸਰ ਦੇ ਵਿੱਚ ਲੋਕ ਇਨਸਾਫ ਪਾਰਟੀ ਵੱਲੋਂ ਜਿਹੜਾ ਇਹ ਨਰੀਅਲ ਪਾਣੀ ਵੰਡਿਆ ਜਾ ਰਿਹਾ ਹੈ ਨਰੀਅਲ ਪਾਣੀ ਵੰਡ ਰਹੇ ਨੇ ਲੋਕ ਇਨਸਾਫ ਪਾਰਟੀ ਦੇ ਸਹਿਰੀ ਪ੍ਰਧਾਨ ਸੁਜਿੰਦਰ ਸਿੰਘ ਭਤੂਪੁਰਾ ਆਮ ਜਨਤਾ ਦੇ ਵਿੱਚ ਉਤਰੇ ਨੇ ਸੋ ਵੀਰ ਜੀ ਸਾਡੇ ਨਾਲ ਮੌਜੂਦ ਨੇ ਜਲਵਾ ਚੜਦਿਆ ਸੀ ਸਰ ਪਹਿਲਾਂ ਜੀ ਆਇਆਂ ਨੂੰ ਜੀ ਤੁਹਾਡਾ ਚੈਨਲ ਪੰਜਾਬ ਦੇ ਚੈਨਲ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਵਜ੍ਹਾ ਜੀ ਅੱਜ ਜਿਹੜਾ ਤੁਹਾਨੂੰ ਰੋਡ ਦੇ ਉੱਪਰ ਉਤਰਨਾ ਪਿਆ ਰੇੜੀ ਦੇ ਉੱਪਰ ਨਰੀਅਲ ਪਾਣੀ ਰੱਖ ਕੇ ਤੁਸੀਂ ਨਰੀਅਲ ਪਾਣੀ ਵੰਡ ਰਹੇ ਹੋ ਅਸੀਂ ਦੇਖ ਰਹੇ ਹਾਂ ਤਸਵੀਰਾਂ ਦੇ ਵਿੱਚ ਆਟੋ ਵਾਲਿਆਂ ਨੂੰ ਜਾਂ ਜਿਹੜੀ ਆਮ ਜਨਤਾ ਨੇ ਜਰੀਬ ਜਨਤਾ ਨੇ ਉਹਨਾਂ ਨੂੰ ਨਰੀਅਲ ਪਾਣੀ ਵੰਡਿਆ ਜਾ ਰਿਹਾ ਕੀ ਗੱਣਾ ਚੰਦ ਇਹ ਗਿੱਲ ਸਾਹਿਬ ਮੈਂ ਪਿਛਲੇ ਦਿਨਾਂ ਤੋਂ ਸੋਚ ਰਿਹਾ ਸੀ ਕਿ ਸਰਕਾਰਾਂ ਚਾਹੇ ਉਹ ਪੰਜਾਬ ਸਰਕਾਰ ਆ ਤੇ ਚਾਹੇ ਉਹ ਭਾਰਤ ਸਰਕਾਰ ਆ ਬੁਰੀ ਤਰ੍ਹਾਂ ਫੇਲ ਹੋ ਗਈਆਂ ਨੇ ਜੀ ਤੁਸੀਂ ਵੇਖਿਆ ਹਸਪਤਾਲਾਂ ਦੇ ਵਿੱਚ ਬੈੱਡ ਐ ਨਹੀਂ ਆ ਆਕਸੀਜਨ ਐ ਨਹੀਂ ਆ ਤੇ ਹਸਪਤਾਲਾਂ ਤੋਂ ਬਾਹਰ ਨਾ ਕਿਸੇ ਵੀ ਹਸਪਤਾਲ ਦੇ ਵਿੱਚ ਨਾ ਕਿਸੇ ਸਰਕਾਰ ਦੀਆਂ ਜਿਹੜੀਆਂ ਪੀਐਸਸੀ ਜਾਂ ਕੋਸ਼ਾ ਕਿਤੇ ਵੀ ਵੈਕਸੀਨ ਐ ਨਹੀਂ ਆ ਸਰਕਾਰਾਂ ਐਡ ਲਵਾਈ ਜਾ ਰਹੀਆਂ ਟੀਵੀ ਵੱਡੇ ਵੱਡੇ ਕਰੋੜਾਂ ਰੁਪਏ ਖਰਚ ਕੇ ਟੀਵੀ ਚੈਨਲ ਤੇ ਐਡ ਲਵਾਈ ਜਾ ਰਹੀਆਂ ਕਿ ਵੈਕਸੀਨੇਸ਼ਨ ਲਵਾਓ ਵੈਕਸੀਨੇਸ਼ਨ ਕਰਾਓ ਕੈਪਟਨ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਇੱਕ ਪਿੰਡ ਦਾ ਜਿਹੜਾ ਸਰਪੰਚ ਐ ਨਾ ਪੂਰੇ ਪਿੰਡ ਨੂੰ ਵੈਕਸੀਨੇਟ ਕਰ ਦੂਗਾ ਨਾ ਮੈਂ ਇਹਨੂੰ 10 ਲੱਖ ਦੀ ਗ੍ਰਾਂਟ ਦੇਣਾ ਮੈਂ ਕੈਪਟਨ ਸਾਹਿਬ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਆਪਣਾ ਪਿੰਡ ਹੀ ਵੈਕਸੀਨੇਟ ਕਰਾ ਲਓ ਮੈਂ ਤੁਹਾਨੂੰ ਦੱਸ ਰੱਖਦੀ ਗ੍ਰਾਉਂਡ ਦੇਣਾ ਤੁਸੀਂ ਵਿਖਾਓ ਕਿੱਥੇ ਵੈਕਸੀਨ ਆ ਸਾਰੇ ਹਸਪਤਾਲਾਂ ਦੇ ਵਿੱਚ ਲੋਕ ਤਰਸ ਤਰਸ ਕਰ ਰਹੇ ਆ ਵੈਕਸੀਨ ਵਾਸਤੇ ਲੋਕ ਤਰਲੇ ਪਾ ਰਹੇ ਆ ਔਰ ਵੈਕਸੀਨ ਦੀ ਬਲੈਕ ਹੋਣੀ ਵੀ ਸ਼ੁਰੂ ਹੋ ਗਈ ਆ ਤੁਸੀਂ ਕਿੱਥੋਂ ਵੈਕਸੀਨੇਸ਼ਨ ਦੇ ਰਹੇ ਸੇ ਇਸੇ ਕਰਕੇ ਅੱਜ ਅਸੀਂ ਉਪਰਾਲਾ ਕੀਤਾ ਮੇਰੇ ਛੋਟੇ ਵੀਰ ਸੋਹਲ ਸਾਹਿਬ ਦੇ ਨਾਲ ਰਲ ਕੇ ਇਹਨਾਂ ਦੀ ਐਨ ਜੀਓ ਆ ਅਸੀਂ ਇਕੱਠਿਆਂ ਨੇ ਰਲ ਕੇ ਅਸੀਂ ਲੋਕਾਂ ਨੂੰ ਨਾਰੀਅਲ ਪਾਣੀ ਵੰਡੇ ਤੇ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਕਿ ਇਹਨਾਂ ਸਰਕਾਰਾਂ ਨੇ ਤੁਹਾਨੂੰ ਰੱਬ ਦੇ ਆਸਰੇ ਛੱਡ ਦਿੱਤਾ ਜੇ ਤੇ ਰੱਬ ਦੀ ਦੇਣਾ ਕੁਦਰਤੀ ਦੇਣਾ ਨਾਰੀਅਲ ਕੁਦਰਤੀ ਫਲ ਆ ਇਹਦਾ ਨਾਰੀਅਲ ਪੀਓ ਨਾਰੇ ਪਾਣੀ ਪੀਓ ਇਮਿਊਨਿਟੀ ਵਧਾਓ ਤਾਂ ਕਿ ਤੁਹਾਨੂੰ ਕਰੋਨਾ ਨਾ ਹੋਵੇ ਜੇ ਤੁਹਾਨੂੰ ਕਰੋਨਾ ਦੀ ਇਨਫੈਕਸ਼ਨ ਹੋ ਗਈ ਜੇ ਤੁਸੀਂ ਗਵਰਨਮੈਂਟ ਹਸਪੀਟਲ ਗਏ ਤੇ ਉੱਥੇ ਕੋਈ ਇਲਾਜ ਨਹੀਂ ਕੋਈ ਆਕਸੀਜਨ ਨਹੀਂ ਕੋਈ ਕੁਝ ਨਹੀਂ ਤੇ ਤੁਹਾਡੀ ਬਾਡੀ ਬਾਹਰ ਆਊਗੀ ਬੰਦਾ ਮਰ ਕੇ ਬਾਹਰ ਆਊਗਾ ਤੇ ਜੇ ਤੁਸੀਂ ਪ੍ਰਾਈਵੇਟ ਹਸਪੀਟਲ ਗਏ ਉੱਥੇ ਕਾਰਪੋਰੇਟ ਸਿਸਟਮ ਐਡਾ ਵੱਡਾ ਮੰਤਰੀਆਂ ਦੇ ਹਿੱਸੇ ਆ ਉੱਥੇ ਤੁਹਾਡੀ ਜਾਨ ਤੇ ਬਚ ਸਕਦੀ ਆ ਪਰ ਤੁਹਾਡਾ ਘਰ ਨਹੀਂ ਬਚ ਸਕਦਾ ਆਰਥਿਕ ਲੋਟ ਹੋ ਜੂਗੀ 5 5 7 7 ਲੱਖ ਰੁਪਈਆ 8 8 ਲੱਖ 25 25 ਲੱਖ ਵੱਡੇ ਵੱਡੇ ਹਸਪਤਾਲ ਲੈ ਰਹੇ ਆ ਕੋਈ ਸਰਕਾਰ ਦੀ ਲਗਾਮ ਨਹੀਂ ਕੋਈ ਡੀਸੀ ਸਾਹਿਬ ਦੀ ਲਗਾਮ ਨਹੀਂ ਕੋਈ ਐਸਡੀ ਐਸਡੀਐਮ ਸਾਹਿਬ ਦੀ ਲਗਾਮ ਨਹੀਂ ਕੋਈ ਸਿਵਲ ਸਰਜਨ ਦੀ ਲਗਾਮ ਨਹੀਂ ਨਾਰੀਅਲ ਪਾਣੀ ਤੁਸੀਂ ਅੱਜ ਆਮ ਜਨਤਾ ਨੂੰ ਪਿਲਾ ਰਹੇ ਹੋ ਪਰ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਐ ਸੋਸ਼ਲ ਮੀਡੀਆ ਦਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਐ ਸੀਤਾ ਫਲਾ ਤੇ ਚੀਕੂ ਫਲ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਐ ਤੁਸੀਂ ਨਾਰੀਅਲ ਪਾਣੀ ਪਿਲਾ ਰਹੇ ਹੋ ਠੀਕ ਹੋ ਉਸ ਤੇ ਦੇਖੋ ਇਹ ਤਾਂ ਵੀਡੀਓ ਤੁਸੀਂ ਸਾਰਿਆਂ ਨੇ ਵੇਖ ਲਈ ਆ ਔਰ ਇਹ ਮਜ਼ਾਕ ਵਾਲੀ ਗੱਲ ਨਹੀਂ ਆ ਬੜੀ ਸ਼ਰਮ ਵਾਲੀ ਗੱਲ ਆ ਸਾਡੇ ਦੇਸ਼ ਦਾ ਸਾਡੀ ਸਟੇਟ ਦਾ ਮੁੱਖ ਮੰਤਰੀ ਔਰ ਸੀਨੀਅਰ ਸਿਟੀਜ਼ਨਾਂ ਬਜ਼ੁਰਗਾ ਤੇ ਉਹ ਆਪਣੀ ਗਰਲਫ੍ਰੈਂਡ ਨਾਲ ਪਾਕਿਸਤਾਨ ਦੇ ਵਿੱਚ ਗੱਲਾਂ ਕਰ ਰਿਹਾ ਕਿ ਸੀਤਾ ਫਲ ਉਹ ਕਹਿੰਦੀ ਮੈਨੂੰ ਸੀਤਾ ਫਲ ਭੇਜ ਦਿਓ ਚੀਕੂ ਭੇਜ ਦਿਓ ਜਿਹੜੇ ਮੈਂ ਇੱਥੇ ਸਿਸਵਾਲੇ ਫਾਰਮ ਹਾਊਸ ਦੇ ਵਿੱਚ ਲਾਏ ਆ ਬੜੀ ਸ਼ਰਮ ਵਾਲੀ ਗੱਲ ਆ ਕਿ ਰਾਜਾ ਸਾਹਿਬ ਅਯਾਸ਼ੀ ਕਰ ਰਿਹਾ ਤੇ ਦੁਨੀਆ ਮਰ ਰਹੀ ਆ ਉਹ ਇਸ ਤੋਂ ਵੱਧ ਪੰਜਾਬ ਵਾਸਤੇ ਤੇ ਪੰਜਾਬ ਵਾਸੀਆਂ ਵਾਸਤੇ ਕੋਈ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਤੇ ਮੈਂ ਕੈਪਟਨ ਸਾਹਿਬ ਨੂੰ ਫੇਰ ਰਾਜਾ ਸਾਹਿਬ ਨੂੰ ਬੇਨਤੀ ਕਰਦਾ ਕਿ ਚੀਕੂ ਦੀ ਗੱਲ ਛੱਡ ਕੇ 6 ਮਹੀਨੇ ਤੁਹਾਡੇ ਕੋ ਰਹਿ ਗਏ ਆ ਦੁਬਾਰਾ ਤੁਸੀਂ ਆਉਣਾ ਨਹੀਂ ਆ ਲੱਛਣ ਤੁਹਾਡੇ ਸਹੀ ਨਹੀਂ ਆ ਚੀਕੂ ਦੀ ਗੱਲ ਛੱਡ ਕੇ ਜਾਂਦੇ ਜਾਂਦੇ ਇੱਧਰ ਪੰਜਾਬ ਦੇ ਲੋਕਾਂ ਨੂੰ ਕੋਈ ਚੰਗੀ ਸੁਗਾਤ ਦੇ ਦਿਓ ਪੰਜਾਬ ਦੇ ਲੋਕਾਂ ਨੂੰ ਕਰੋਨਾ ਤੋਂ ਬਚਾ ਦਿਓ ਹਸਪੀਟਲਾਂ ਦੀ ਲੁੱਟ ਤੋਂ ਬਚਾ ਦਿਓ ਸਕੂਲਾਂ ਦੀ ਲੁੱਟ ਤੋਂ ਬਚਾ ਦਿਓ ਲੋਕਾਂ ਨੂੰ ਰੋਜ਼ਗਾਰ ਦੇ ਦਿਓ ਤੇ ਜਿਹੜਾ ਤੁਸੀਂ ਇੱਕ ਨਵੀਂ ਅਨਾਉਂਸਮੈਂਟ ਕੀਤੀ ਆ ਜਿਹੜਾ ਕਰੋਨਾ ਇਨਫੈਕਟਡ ਆ ਤੇ ਉਹਨੂੰ ਅਸੀਂ ਪੱਤਾ ਵੀ ਦੇਾਂਗੇ ਉਹਨੂੰ ਅਸੀਂ ਰੋਟੀ ਵੀ ਦੇਾਂਗੇ ਤੇ ਕੀ ਹੁਣ ਜਿਹੜੇ ਸਾਡੇ ਗਰੀਬ ਆ ਉਹਨਾਂ ਨੂੰ ਪਹਿਲਾਂ ਇਨਫੈਕਸ਼ਨ ਲੈਣੀ ਪਊਗੀ ਜੇ ਮੈਂ ਕਿਸੇ ਕਰੋਨਾ ਨੂੰ ਟੱਚ ਕਰਾਂ ਇਨਫੈਕਸ਼ਨ ਹੋਵਾ ਯਾਰ ਫਿਰ ਮੈਨੂੰ ਕੁਝ ਮਿਲਣਾ ਵਾ ਬੜੀ ਸ਼ਰਮ ਦੀ ਗੱਲ ਆ ਜਿਹੜੇ ਬੰਦੇ ਇਨਫੈਕਟਡ ਨਹੀਂ ਆ ਤੇ ਉਹ ਘਰਾਂ ਚ ਬੈਠੇ ਆ ਕਾਰੋਬਾਰਾ ਆਪਣੇ ਦਾ ਸੰਬੰਧ ਉਹਨਾਂ ਦਾ ਕਾਰੋਬਾਰ ਬੰਦ ਆ ਜਿੰਮ ਵਾਲੇ ਹੋ ਗਏ ਜਾਂ ਕੋਈ ਹੋਰ ਆ ਉਹ ਕਿੱਧਰ ਜਾਣ ਉਹਨਾਂ ਬਾਰੇ ਸੋਚੋ ਚੀਕੂ ਪਾਲ ਨੂੰ ਛੱਡਦੇ ਹੋਣ ਕੌਸਾ ਜਿੱਥੇ ਜਨਤਾ ਆਮ ਜਨਤਾ ਜਿਹੜੀ ਮਹਾਮਾਰੀ ਤੋਂ ਪਰੇਸ਼ਾਨ ਆ ਲਾਕਡਾਊਨ ਲਾਇਆ ਗਿਆ ਹੈ ਉਸ ਨੂੰ ਲੈ ਕੇ ਦੇ ਆਏ ਦਿਨ ਵਿਰੋਧ ਹੋ ਰਹੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਜਿਹੜੇ ਸੀਐਮ ਨੇ ਪੰਜਾਬ ਉਹ ਅਤੇ ਨਵਜੋਤ ਸਿੱਧੂ ਦਾ ਜਿਹੜੀ ਅਨਬੰਨ ਹੈ ਉਹ ਜਨਤਾ ਜਾਹਰ ਹੈ ਉਹ ਆਪਸ ਦੀ ਇਹ ਵੇਚੀ ਜਿਹੜੀ ਲੜ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਇਹ ਬੜੀ ਪੰਜਾਬ ਵਾਸਤੇ ਤਰਾਸਦੀ ਦੀ ਗੱਲ ਆ ਸਿੱਧੂ ਕਹਿੰਦਾ 2022 ਦੇ ਵਿੱਚ ਮੈਂ ਮੁੱਖ ਮੰਤਰੀ ਬਾਨਾ ਕੈਪਟਨ ਕਹਿੰਦਾ ਨਹੀਂ ਮੇਰੀ ਵੀ ਵਾਰੀ ਆ ਮੈਂ ਹੀ ਮੁੱਖ ਮੰਤਰੀ 2022 ਚ ਬਾਨਾ ਬਾਜਵਾ ਕਹਿੰਦਾ ਮੈਂ ਮੁੱਖ ਮੰਤਰੀ ਬਾਨਾ ਸੁਖਜਿੰਦਰ ਦਾਵਾ ਕਹਿੰਦਾ ਮੈਂ ਮੁੱਖ ਮੰਤਰੀ ਬਾਨਾ ਇੱਕ ਹੋਰ ਆ ਲੁਧਾਨੇ ਤੋਂ ਐਮਪੀ ਉਹ ਕਹਿੰਦਾ ਮੈਂ ਟਕਸਾਲੀ ਕਾਂਗਰਸੀ ਆ ਮੇਰੇ ਦਾਦਾ ਵੀ ਮੁੱਖ ਮੰਤਰੀ ਰਿਹਾ ਮੈਂ ਮੁੱਖ ਮੰਤਰੀ ਬਾਨਾ ਔਰ ਉਹਨੂੰ ਉਹਨੇ ਉਹਦੇ ਦਾਦੇ ਨੇ ਕੀ ਕਹਾਣ ਕੀਤਾ ਸਾਡੇ ਪੰਜਾਬ ਦੀ ਜਵਾਨੀ ਦਾ ਪੰਜਾਬ ਤੋਂ ਕੋਈ ਲੁਗਿਆ ਨਹੀਂ ਆ ਔਰ ਮੈਂ ਤੁਹਾਨੂੰ ਦੱਸਦੇ ਅੱਜ ਦੀ ਸਿੱਧੇ ਆ ਜੀਏ ਇਹਨਾਂ ਨੂੰ ਪੰਜਾਬ ਦੀ ਫਿਕਰ ਨਹੀਂ ਆ ਮੁੱਖ ਮੰਤਰੀ ਬਾਨ ਦੀ ਫਿਕਰ ਆ ਕਿੱਡੀ ਹੈਰਾਨੀ ਦੀ ਗੱਲ ਆ ਕਿ ਤੁਸੀਂ ਪੰਜਾਬ ਵਾਸਤੇ ਕੀਤਾ ਕੀ ਹੈ ਤੁਸੀਂ ਮੁੱਖ ਮੰਤਰੀ ਬਨਣਾ ਵੀ ਅੱਜ ਪੰਜਾਬ ਦੇ ਲੋਕਾਂ ਨੂੰ ਜਾਗਣ ਦੀ ਲੋੜ ਆ ਇੰਨਾ ਰਵੈਤੀ ਪਾਰਟੀਆਂ ਨੂੰ ਉੱਥੋਂ ਭਜਾਉਣਾ ਪੈਣਾ ਵਾ ਇਹਨਾਂ ਨੂੰ ਪੰਜਾਬ ਦੇ ਵਿੱਚ ਵੜਨਾ ਦਿੱਤਾ ਜਾਵੇ ਅੱਜ ਮੈਂ ਤੁਹਾਡੇ ਮਾਧਿਅਮੇ ਇੱਕ ਹੋਰ ਬੇਨਤੀ ਕਰਾਂ ਕਿ ਅੱਜ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਚੱਲ ਰਹੀ ਆ ਅੱਜ ਲੋਕ ਅੱਕੇ ਆ ਇਹਨਾਂ ਤੋਂ ਤੇ ਮੈਂ ਬੇਨਤੀ ਕਰਦਾ ਕਿ 22 ਤੱਕ ਵੀ ਇਹ ਯਾਦ ਰੱਖਿਓ ਇਹਨਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ 'ਚ ਨਾ ਆ ਜਿਓ ਇਹਨਾਂ ਨੇ ਪਰਾਣੀ ਸ਼ਰਾਬ ਤੇ ਨਵੀਂ ਬੋਤਲ ਪੇਸ਼ ਕਰਨੀ ਜੇ ਸਿੱਧੂ ਨੂੰ ਪੇਸ਼ ਕਰਨਾ ਜੇ ਇਹਨਾਂ ਨੇ ਅੱਗੇ ਇਹਨਾਂ ਦੀਆਂ ਗੱਲਾਂ ਜਿਨਾ ਆ ਜੇ ਪੰਜਾਬ ਦਾ ਭਲਾ ਨਹੀਂ ਜਿਹਾਣਾ ਰਵਾਇਤੀ ਪਾਰਟੀ 'ਚ ਰਹਿ ਕੇ ਜਿਹੜੀ ਵੀ ਪਾਰਟੀ ਕੇਂਦਰ ਤੋਂ ਚੱਲੂਗੀ ਉਹ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਸਿੱਧੂ ਦੇ ਵਿੱਚ ਇਹਨਾਂ ਦਮ ਨਹੀਂ ਆ ਕਿ ਪੰਜਾਬ ਦਾ ਭਲਾ ਕਰ ਸਕੇ ਪੰਜਾਬ ਦਾ ਭਲਾ ਕਰਨ ਵਾਸਤੇ ਦਲੇਰੀ ਚਾਹੀਦੀ ਆ ਦਮ ਚਾਹੀਦਾ ਵਾ ਉਹ ਦਾਮਾ ਸਿਰਫ ਸਿਰਫ ਸਿਮਰਜੀਤ ਸਿੰਘ ਬੈਂਸ ਦੇ ਕੋਲ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ 2022 ਦੇ ਵਿੱਚ ਬੈਂਸਾਬ ਨੂੰ ਮੁੱਖ ਮੰਤਰੀ ਬਣਾਓ ਫਿਰ ਦੇਖਿਓ ਇਹਨਾਂ ਲੀਡਰਾਂ ਨੂੰ ਕਿਸ ਤਰ੍ਹਾਂ ਅਕਲ ਸਿਖਾਉਂਦੇ ਤੇ ਤੁਹਾਨੂੰ ਦੱਸਿਆ ਜਾਊਗਾ ਕਿ ਲੋਕ ਰਾਜ ਕੀ ਆ ਇਹ ਰਾਜਨੀਤੀ ਕਰਦੇ ਆ ਅਸੀਂ ਲੋਕ ਨੀਤੀ ਕਰਾਂਗੇ ਕਿ ਲੋਕ ਰਾਜ ਕੀ ਆ ਲੋਕਾਂ ਦਾ ਰਾਜ ਤੁਹਾਨੂੰ ਦੱਸਿਆ ਜਾਊਗਾ ਕੀ ਆ ਇਸ ਤਰ੍ਹਾਂ ਨਹੀਂ ਕਿ ਗੁੰਡਾਗਰਦੀ ਦੇ ਨਾਲ ਐਮਐਲਏ ਨੇ ਫੋਨ ਕਰਤਾ ਐਸਐਚਓ ਨੂੰ ਐਸਐਚਓ ਕਹਿੰਦਾ ਐਮਐਲਏ ਦਾ ਫੋਨ ਆ ਮੇਰੇ ਤੇ ਪ੍ਰੈਸ਼ਰ ਬੜਾ ਇਹ ਚੀਜ਼ਾਂ ਬੰਦ ਕੀਤੀਆਂ ਜਾਣਗੀਆਂ ਮਾਹੌਲ ਸਾਹਿਬ ਤੁਹਾਡੀ ਪਾਰਟੀ ਦੇ ਜਿਹੜੇ ਸਿਮਰ ਜਿੰਸ ਸਿੰਘ ਬੈਂਸ ਨੇ ਉਹਨਾਂ ਤੇ ਵੀ ਤਾਂ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਨੇ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਜਿਹੜਾ ਚਾਲੀ ਦਾ ਲਾਲਿਆਂ ਨਾਲ ਉਹਨਾਂ ਦੀ ਬਹਿਸ ਹੁੰਦੀ ਹੈ ਉਹ ਦਸਤਾਰਾਂ ਲਾਈਆਂ ਜਾਂਦੀਆਂ ਨੇ ਤੁਸੀਂ ਆਂਦੇ ਹੋ ਜੁੰਡਾ ਜਿਹੜਾ ਰਾਜ ਪਰ ਉਹਨਾਂ ਤੇ ਵੀ ਤਾਂ ਇਹੀ ਇਲਜ਼ਾਮ ਲਾਇਆ ਜਾ ਰਿਹਾ ਨੇ ਇਹਨਾਂ ਨੇ ਵੀ ਬਦਮਾਸ਼ੀ ਕੀਤੀ ਹੈ ਅਤੇ ਜਿਹੜੀਆਂ ਦਸਤਾਰਾਂ ਲਾਈਆਂ ਕਿਵੇਂ ਦੇਖਦੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੁਰਮ ਦੇ ਖਿਲਾਫ ਆਵਾਜ਼ ਚੁੱਕਣਾ ਜੁਰਮ ਨਹੀਂ ਆ ਜੁਰਮ ਸਹਿਣਾ ਪਾਪਾ ਜੁਰਮ ਕਰਨਾ ਵੀ ਪਾਪਾ ਬੈਂਸ ਸਾਹਿਬ ਸਿਟਿੰਗ ਐਮ ਐਲ ਏ ਆ ਉਥੋਂ ਦੇ ਕੋਈ ਵੀ ਕਿਤੇ ਵੀ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਕਿਤੇ ਵੀ ਕੋਈ ਮੂਰਤ ਕਰਨਾ ਹੋਵੇ ਸਿਟਿੰਗ ਐਮਐਲਏ ਕਰਦਾ ਆ ਕਿ ਜਾਂ ਕਾਉਂਸਲਰ ਕਰਦਾ ਜਾਂ ਸਰਪੰਚ ਕਰਦਾ ਜਾਂ ਪ੍ਰਧਾਨ ਕਰਦਾ ਉਸੇ ਤਰ੍ਹਾਂ ਸਿਟਿੰਗ ਐਮਐਲਏ ਉੱਥੇ ਮੂਰਤ ਕਰਨਾ ਆ ਨਾ ਐਮਐਲਏ ਨਾ ਐ ਕਾਉਂਸਲਰ ਇੱਥੇ ਕੀ ਲੈਣਾ ਏ ਇਹਨਾਂ ਨੇ ਇੱਕ ਹਾਲਾਤ ਬਣਾਉਣਾ ਸੀ ਲੜਾਈ ਦਾ ਇਹ ਲੋਕਪ੍ਰਿਤਾ ਤੋਂ ਘਬਰਾਏ ਹੋਏ ਆ ਬੈਂਸ ਸਾਹਿਬ ਦੀ ਉਹਨਾਂ ਦੀ ਲੋਕਪ੍ਰਿਤਾ ਪੂਰੇ ਪੰਜਾਬ ਦੇ ਵਿੱਚ ਫੈਲ ਚੁੱਕੀ ਆ ਉਸ ਤੋਂ ਹੀ ਘਬਰਾਏ ਹੋਏ ਆ ਉਸ ਕਬਰਾਹੜ ਦੇ ਮਾਰੇ ਇਹਨਾਂ ਨੇ ਇਹਨਾਂ ਨੇ ਜੁਰਮ ਕੀਤਾ ਉਹਦਾ ਜੁਰਮ ਦਾ ਜਵਾਬ ਬੈਂਸ ਸਾਹਿਬ ਨੇ ਦਿੱਤਾ ਬੈਂਸ ਸਾਹਿਬ ਨੇ ਕੋਈ ਵਾਦਾ ਨਹੀਂ ਕੀਤਾ ਪਰ ਮੂਰਤ ਤਾਂ ਦੱਸਿਆ ਜਾ ਰਿਹਾ ਜੀ ਉਸ ਉਸ ਰੋਡ ਦਾ ਪਹਿਲਾਂ ਹੀ ਹੋਇਆ ਸੀ ਜਿੱਥੇ ਬੈਂਸ ਸਾਹਿਬ ਦੁਬਾਰਾ ਮੂਰਤ ਕਰਵਾਉਣ ਗਏ ਬਿਲਕੁਲ ਨਹੀਂ ਉਹ ਦੂਸਰੀ ਰੋਡ ਸੀ ਉਸ ਰੋਡ ਦਾ ਮੂਰਤ ਨਹੀਂ ਸੀ ਇਹ ਦੂਸਰੀ ਰੋਡ ਸੀ ਇੰਨੇ ਤੇ ਇੱਕ ਐਮਐਲਏ ਨੂੰ ਸਮਝ ਹੁੰਦੀ ਹੈ ਨਾ ਕਿ ਮੈਂ ਉਹ ਦੂਸਰੀ ਰੋਡ ਦਾ ਮੂਰਤ ਇਹ ਪਹਿਲਾਂ ਆਇਆ ਤੇ ਕਿਉਂ ਦੂਸਰੀ ਰੋਡ ਦਾ ਦੁਬਾਰਾ ਉਸ ਰੋਡ ਦਾ ਦੁਬਾਰਾ ਕਰ ਦੂੰ ਉਹ ਉਹ ਰੋਡ ਨਹੀਂ ਸੀ ਦੂਸਰੀ ਰੋਡ ਦਾ ਮੂਰਤ ਸੀ ਇਹ ਬਿਲਕੁਲ ਅਕਾਲੀ ਦਲ ਵੱਲੋਂ ਮੈਂ ਤੁਹਾਨੂੰ ਦੱਸ ਬੈਂਸ ਸਾਹਿਬ ਨੇ ਉੱਥੇ ਇੱਕ ਕਾਉਂਸਲਰ ਸੀ ਕਾਉਂਸਲਰ ਦੇ ਉੱਤੋਂ ਦੋਵੇਂ ਭਰਾ ਐਮਐਲਏ ਬਣੇ ਬੈਂਸ ਸਾਹਿਬ ਨੇ ਉੱਥੇ ਇਹਨਾਂ ਲੀਡਰਾਂ ਦਾ ਭਵਿੱਖ ਖਤਮ ਕਰਤਾ ਕਿਉਂ ਖਤਮ ਕੀਤਾ ਉਹਨਾਂ ਨੇ ਝੋਲੇ ਭਰਨੇ ਸੀ ਤੇ ਬੈਂਸ ਸਾਹਿਬ ਨੇ ਲੋਕਾਂ ਨੂੰ ਲਟਾਇਆ ਲੋਕਾਂ ਜਿਹੜਾ ਸਰਕਾਰ ਦਾ ਪੈਸਾ ਸਰਕਾਰ ਲੋਕਾਂ ਤੇ ਲਾਇਆ ਤੇ ਲੋਕਾਂ ਨੂੰ ਵਿਖਾਇਆ ਕਿ ਲੋਕ ਰਾਜ ਕੀਆ ਲੋਕ ਨੀਤੀ ਕੀਆ ਉਹਦਾ ਹੀ ਮਾਡਲ ਅੱਜ ਸਾਰਾ ਪੰਜਾਬ ਸਾਰੇ ਪੰਜਾਬ ਦੀ ਜੁਥ ਬੈਂਸ ਸਾਹਿਬ ਨੂੰ ਪਿਆਰ ਕਰਦੀ ਆ ਪਰ ਬੈਂਸ ਸਾਹਿਬ ਦੇ ਜਿਹੜੇ ਬੇਟੇ ਨੇ ਉਹਨਾਂ ਵੱਲੋਂ ਜਿਹੜੀ ਵੀਡੀਓ ਆਏ ਦੇ ਨਹੀਂ ਵਾਇਰਲ ਹੋ ਰਹੀਆਂ ਜਾਂ ਉਹ ਪੰਜਾਬ ਪੁਲਿਸ ਨਾਲ ਬੈਸ ਰਹੇ ਨੇ ਜਾਂ ਉਸ ਦਿਨ ਦੀ ਵੀਡੀਓ ਵੀ ਜਿਹੜੀ ਉਹਦੇ ਵਿੱਚ ਹੀ ਲੱਤਾਂ ਮਾਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਬਾਰੇ ਕੀ ਕਹੋਗੇ ਇੱਕ ਪਿਓ ਦੇ ਕੋਈ ਆ ਕੇ 10 ਬੰਦੇ ਜਾਂ 50 ਬੰਦੇ ਜਾਂ 100 ਬੰਦਾ ਗੱਲ ਪੈ ਜੇ ਤੇ ਜਵਾਨ ਖੂਨ ਆ ਉਹਨੂੰ ਗੁੱਸਾ ਤੇ ਆਉਣਾ ਨਾ ਮੇਰੇ ਪਿਓ ਦੀ ਕੋਈ ਬੇਇੱਜ਼ਤੀ ਕਰ ਰਿਆ ਕੋਈ ਇਹੋ ਜੀ ਗੱਲ ਨਹੀਂ ਆ ਅਨੁਸ਼ਾਸਨ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਬੇਟੇ ਬਿਲਕੁਲ ਸਹੀ ਆ ਜੇ ਉਹਨਾਂ ਨੇ ਜਿਹੜੀ ਤੁਸੀਂ ਪੁਲਿਸ ਦੀ ਗੱਲ ਕੀਤੀ ਆ ਜੇ ਪੁਲਿਸ ਨੇ ਕੋਈ ਮਿਸਬੀਹਵ ਕੀਤਾ ਤੇ ਉਹਦਾ ਜਵਾਬ ਬੈਂਸ ਸਾਹਿਬ ਦੇ ਬੇਟੇ ਨੇ ਦਿੱਤਾ ਤੇ ਸਹੀ ਆ ਜੇ ਉਹਨਾਂ ਨੇ ਪੁਲਿਸ ਨਾਲ ਮਿਸਬੀਹਵ ਕੀਤਾ ਮੈਂ ਇਹਦੀ ਨਿੰਦਾ ਕਰਦਾ ਪਰ ਚਲਾਨ ਤਾਂ ਹੋ ਰਹੀ ਸੀ ਜੱਜ ਜੀ ਚਲਾਨ ਚਲਾਨ ਜੇ ਪੁਲਿਸ ਨਜਾਇਜ਼ ਕੱਟਦੀ ਆ ਤੇ ਮੈਂ ਵੀ ਵਿਰੋਧ ਕਰਾਂਗਾ ਜੇ ਜ਼ਾਇਦ ਚਲਾਨ ਪੁਲਿਸ ਕੱਟਦੀ ਆ ਤੇ ਕੋਈ ਵਿਰੋਧ ਨਹੀਂ ਆ ਪਰ ਤੋਸ ਦਿੱਤੀ ਜਾ ਰਹੀ ਸੀ ਜੇ ਮੇਰਾ ਬਾਪ ਜਿਹੜਾ ਐਮਐਲਏ ਆ ਸਿਮਰਜੀਤ ਸਿੰਘ ਬਾਇਸ ਦਾ ਮੈਂ ਬੇਟਾ ਜੀ ਇਹੋ ਜੀ ਕੋਈ ਤੋਸ ਨਹੀਂ ਆ ਇੱਕ ਇੱਕ ਬਣਾਇਆ ਜਾ ਰਿਹਾ ਲੋਕਾਂ ਨੂੰ ਦੱਸਿਆ ਜਾ ਰਿਹਾ ਇਹੋ ਜੀ ਕੋਈ ਗੱਲ ਨਹੀਂ ਕੋਈ ਉਹਨਾਂ ਦੇ ਬੇਟੇ ਨੂੰ ਮੈਂ ਚੰਗੀ ਤਰ੍ਹਾਂ ਮਿਲਿਆ ਕੋਈ ਇਹੋ ਜੀ ਉਹਨਾਂ ਵਿੱਚ ਕੋਈ ਇਹੋ ਜੀ ਆਕੜ ਵਾਲੀ ਗੱਲ ਨਹੀਂ ਕਿ ਐਮਐਲਏ ਦੇ ਬੇਟੇ ਨਾ ਬੈਂਸ ਸਾਹਿਬ ਦੇ ਵਿੱਚ ਨਾ ਉਹਨਾਂ ਦੇ ਬੇਟੇ ਦੇ ਵਿੱਚ ਪਰ ਸਿਆਸੀ ਲੀਡਰਾਂ ਦੇ ਬੱਚਿਆਂ ਨੂੰ ਚਾਹੀਦਾ ਨਹੀਂ ਕਿ ਆਪਣੇ ਜਿਹੜੇ ਲੀਡਰ ਬਾਪ ਨੇ ਉਹਨਾਂ ਦੀ ਤੋਸ ਨਹੀਂ ਦੇਣੀ ਚਾਹੀਦੀ ਬਿਲਕੁਲ ਨਹੀਂ ਦੇਣੀ ਚਾਹੀਦੀ ਜੇ ਕੋਈ ਵੀ ਸਿਆਸੀ ਲੀਡਰ ਦਾ ਬੇਟਾ ਕੋਈ ਧੌਂਸ ਦਿੰਦਾ ਜਾਂ ਗੁੰਡਾਗਰਦੀ ਕਰਦਾ ਮੈਂ ਉਹਦਾ ਬਿਲਕੁਲ ਵਿਰੋਧ ਕਰਦਾ ਇਹ ਗਲਤ ਗੱਲ ਆ ਨਹੀਂ ਹੋਣਾ ਚਾਹੀਦਾ ਮਾਉ ਸਾਹਿਬ ਜਿੱਥੇ ਸਿਆਸੀ ਲੀਡਰਾਂ ਦੀ ਗੱਲ ਹੋ ਰਹੀ ਹੈ ਉੱਥੇ ਨਵਜੋਤ ਸਿੱਧੂ ਨੇ ਜਿਹੜੇ ਆਏ ਦਿਨ ਹੀ ਟਵਿੱਟਰ ਦੇ ਉੱਪਰ ਬੇਅਦਬੀ ਲੈ ਕੇ ਮਾਮਲਿਆਂ ਨੂੰ ਲੈ ਕੇ ਜਿਹੜਾ ਵਿਚਰਦੇ ਰਹੇ ਨੇ ਟਵਿੱਟਰ ਦੇ ਟਵੀਟ ਪੋਸਟਾਂ ਪੋਸਟਾਂ ਪਾਉਂਦੇ ਰਹੇ ਨੇ ਹੁਣ ਜੇ ਕਿਸਾਨੀ ਅੰਦੋਲਨ ਦੀ ਗੱਲ ਆ ਤਾਂ ਉਹਨਾਂ ਵੱਲੋਂ ਜਿਹੜਾ ਆਪਣੇ ਛਾਤਰੀ ਉੱਪਰ ਝੰਡਾ ਫੈਰਾਇਆ ਗਿਆ ਉਹ ਦੱਸ ਰਹੇ ਨੇ ਕਿ ਮੈਂ ਹਮਾਇਤੀਆਂ ਕਿਸਾਨਾਂ ਦਾ ਤੇ ਜੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਵੀ ਆਉਂਦੇ ਨੇ ਕਿ ਮੈਂ ਸਤਾ ਦੇ ਵਿੱਚ ਹਾਂ ਦਾ ਸਜ਼ਾਵਾ ਜ਼ਰੂਰ ਦਵਾ ਕਿਸ ਤਰ੍ਹਾਂ ਦੇ ਦਿਓ ਮੈਨੂੰ ਦੱਸੋ 6 ਮਹੀਨੇ ਕਿਸਾਨਾਂ ਨੂੰ ਹੋ ਕੇ ਦਿੱਲੀ ਬਾਰਡਰਾਂ ਤੇ ਬੈਠੇ 3 ਮਹੀਨੇ ਉਸ ਤੋਂ ਪਹਿਲਾਂ ਇਹ ਬੈਠੇ ਰਹੇ ਆ ਪੰਜਾਬ ਦੇ ਵਿੱਚ ਸਿੱਧੂ ਸਾਹਿਬ ਦੱਸਣ ਕਿੰਨੀ ਵਾਰੀ ਗਏ ਆ ਧਰਨੇ ਦੇ ਵਿੱਚ ਬਿਲਕੁਲ ਡਰਾਮਾ ਕੀਤਾ ਜਾ ਰਿਹਾ ਕੋਈ ਇਹਨਾਂ ਦੀ ਕਿਸਾਨਤ ਹੈ ਸੀ ਨਹੀਂ ਆ ਸਿੱਧੂ ਸਾਹਿਬ ਜੀ ਜਿਹੜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕੀਤੀ ਆ ਸਾਢੇ 4 ਸਾਲ ਤੋਂ ਇਹਨਾਂ ਨੂੰ ਯਾਦ ਨਹੀਂ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁਣ 2022 ਆ ਰਹੀ ਆ ਇਹਨਾਂ ਨੂੰ ਉਹਦਾ ਚੇਤਾ ਵਾ ਹੋਰ ਕੋਈ ਚੇਤਾ ਨਹੀਂ ਆ ਇਹਨਾਂ ਨੂੰ ਮੁੱਖ ਇਹਨਾਂ ਨੂੰ ਮੰਤਰੀ ਬਣਾਇਆ ਸੀ ਸਾਡੇ 4 ਸਾਲ ਹੋ ਗਏ ਨਾ ਕੀ ਆਪਣੀ ਪ੍ਰਾਪਤੀ ਵਿਖਾਉਣ ਜਦੋਂ ਇਹ ਸਤਾਨਕ ਸਰਕਾਰਾਂ ਦੇ ਮੰਤਰੀ ਰਹਿ ਉਹ ਚੀ ਆਪਣੀ ਪ੍ਰਾਪਤੀ ਵਿਖਾ ਦੇਣ ਮੈਂ ਤੁਹਾਨੂੰ ਦੱਸ ਦਿਆਂ ਇਹਨਾਂ ਨੇ ਇੱਕ ਟੈਂਡਰ ਕੱਢਿਆ ਸੀ ਕੇਬਲ ਦਾ ਉਹਦੇ ਵਿੱਚੋਂ ਵੀ ਇਹਨਾਂ ਨੇ ਲੌਸ ਕਰਾਇਆ ਪਹਿਲਾਂ ਰੌਲਾ ਪਾਤਾ ਕੇਬਲ ਦੇ ਵਿੱਚ ਇੰਨੇ ਕਰੋੜਾਂ ਰੁਪਈਆ ਦਾ ਕਪੜਾ ਚੱਲ ਰਿਹਾ ਇੰਨਾ ਚੱਲ ਰਿਹਾ ਅਸੀਂ ਵੀ ਸੋਚੇ ਯਾਰ ਬਹੁਤ ਵਧੀਆ ਕਰ ਰਹੇ ਆ ਬਾਅਦ ਚ ਉਹਨਾਂ ਨੇ ਟੈਂਡਰ ਕੱਢਿਆ ਚੋਂ ਘਾਟਾ ਪਾਇਆ ਪੰਜਾਬ ਸਰਕਾਰ ਨੂੰ ਕਿਸੇ ਨੇ ਟੈਂਡਰ ਹੀ ਨਹੀਂ ਲਿਆ ਸਾਰੀ ਮਿਲੀ ਭੁਗਤ ਬਿਲਕੁਲ ਲੁੱਟ ਕੀਤੀ ਇਹਨਾਂ ਨੇ ਉਸ ਮੈਕਮੇਜ ਇਮਾਨਦਾਰੀ ਨਾਲ ਕੰਮ ਨਹੀਂ ਕੀਤਾ ਬਾਅਦ ਚ ਇਹਨਾਂ ਨੂੰ 2 ਸਾਲ ਹੋ ਗਏ ਘਰ ਬੈਠਿਆ ਨੂੰ ਕੋਈ ਕੰਮ ਨਹੀਂ ਕੀਤਾ ਕੋਈ ਲੋਕਾਂ ਨੂੰ ਮਿਲੇ ਨਹੀਂ ਮੈਂ ਕਹਿੰਦਾ ਅੰਮ੍ਰਿਤਸਰ ਦੇ ਵਿੱਚ ਆ ਅੰਮ੍ਰਿਤਸਰ ਸਾਰਾ ਤਰਾਸ ਰਸ ਕਰਦੇ ਆ ਕੋਈ ਪਬਲਿਕ ਡੀਲਿੰਗ ਹੈਗੀ ਇਹਨਾਂ ਦੀ ਇਹਨਾਂ ਦੇ ਹਲਕੇ ਦੇ ਵਿੱਚ ਜਾ ਕੇ ਕੋਈ ਪਬਲਿਕ ਡੀਲਿੰਗ ਨਹੀਂ ਕੋਈ ਕਿਸੇ ਸਿਰਫ ਟਵਿੱਟਰ ਤੇ ਫੇਸਬੁੱਕ ਤੇ ਮੀਡੀਆ ਤੇ ਮੀਡੀਆ ਦੇ ਸਾਹਮਣੇ ਨਹੀਂ ਆ ਸਕਦੇ ਆਪਣੇ ਇੱਕ ਚੈਨਲ ਬਣਾਇਆ ਉਹਦੇ ਵਿੱਚੋਂ ਬੋਲਦੇ ਆ ਬਸ ਹੋਰ ਕੁਝ ਨਹੀਂ ਆ ਨਾ ਇਹ ਕਿਸਾਨ ਹੈ ਤਾਂ ਸ਼ੀਆ ਨਾ ਇਹ ਪੰਜਾਬ ਤਾਂ ਸ਼ੀਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਜੇ ਤੁਸੀਂ ਸਿੱਧੂ ਦੀਆਂ ਗੱਲਾਂ ਦੇ ਵਿੱਚ ਆ ਕੇ ਕਾਂਗਰਸ ਬਣਾਤੀ ਤੇ ਕਾਂਗਰਸ ਨੇ ਫੇਰ ਉਸੇ ਤਰ੍ਹਾਂ ਲੁੱਟਣਾ ਜੇ ਇਹ ਉਹੀ ਕੰਮ ਹੋਣਾ ਜੇ ਸ਼ਰਾਬ ਪਹਿਲੀ ਆ ਨਸ਼ਾ ਉਹੀ ਰਹਿਣਾ ਤੁਹਾਨੂੰ ਪਹਿਲਾ ਵਾਲਾ ਪੱਲੇ ਕੁਝ ਨਹੀਂ ਪੈਣਾ ਬੋਤਲ ਨਵੀਂ ਚੇਂਜ ਕਰਨੀ ਜੇ ਐਕਸਪਾਇਰੀ ਡੇਟ ਵਾਲੀ ਐਕਸਪਾਇਰੀ ਡੇਟ ਜੇ ਇਹਨਾਂ ਨੂੰ ਬਾਹਰ ਸੁੱਟ ਦਿੱਤਾ ਜਾਵੇ ਪੰਜਾਬ ਦੇ ਵਿੱਚ ਮਾਊ ਸਾਹਿਬ ਜਿੱਥੇ ਕੈਪਟਨ ਸਾਹਿਬ ਮਹਾਮਾਰੀ ਦੇ ਚੱਲਦੇ ਆ ਜਿਹੜੀਆਂ ਨੇ ਵਿਆਹ ਸ਼ਾਦੀਆਂ ਦੇ ਉੱਪਰ 10 ਬੰਦਿਆਂ ਜਾਂ 20 ਬੰਦਿਆਂ ਦੇ ਹੀ ਪ੍ਰਬੰਧ ਕੀਤੇ ਜਾ ਰਹੇ ਨੇ ਉਸ ਨੂੰ ਲੈ ਕੇ ਅੱਜ ਦੇ ਨਹੀਂ ਜਿਹੜੇ ਬਿਆਨ ਦਿੰਦੇ ਨੇ ਪਰ ਅੱਜ ਹੀ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਨੇ ਪੰਜਾਬ ਦਾ ਮੰਤਰੀ ਹੈ ਜਿਹੜੀ ਉਹ ਵਿਆਹ ਸ਼ਾਦੀ ਦੇ ਵਿੱਚ ਜਾਂਦਾ ਹੈ ਤੇ ਉਹਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਕਿਵੇਂ ਦੇਖਦੇ ਹੋ ਉਹਨੂੰ ਪੰਜਾਬ ਦੇ ਮੰਤਰੀ ਜ਼ਿੰਮੇਵਾਰ ਮੰਤਰੀ ਆ ਉਹ ਸਾਧੂ ਸਿੰਘ ਧਰਮਸੋਤ ਮੈਂ ਵੇਖੀ ਉਹਨਾਂ ਦੀ ਵੀਡੀਓ ਮੈਂ ਉਸ ਪੱਤਰਕਾਰ ਨੂੰ ਵੀ ਸਲਾਮ ਕਰਦਾ ਜਿਨੇ ਮੰਤਰੀ ਨੂੰ ਪੁੱਛਣ ਦੀ ਹਿੰਮਤ ਕੀਤੀ ਕਿ ਤੁਹਾਡੇ ਵਾਸਤੇ ਕੋਈ ਕਾਨੂੰਨ ਨਹੀਂ ਆ ਪਰ ਗੋ ਮੰਤਰੀ ਸਾਹਿਬ ਨੇ ਫਿਰ ਮਾਸਕ ਵੀ ਲਾਇਆ ਤੇ ਕਹਿੰਦੇ ਨਹੀਂ 10 ਬੰਦੇ ਇਕੱਠੇ ਹੋ ਗਏ ਫਿਰ ਕਿਹੜੀ ਗੱਲ ਖੁਸ਼ੀ ਦੀ ਗੱਲ ਆ ਮੈਂ ਕਹਿੰਨਾ ਵਾ ਇਹ ਵੀ ਵੇਖਣ ਮੰਤਰੀ ਸਾਹਿਬ ਵੀ ਮੁੱਖ ਮੰਤਰੀ ਸਾਹਿਬ ਵੀ ਵੇਖਣ ਜਦੋਂ ਕਿ ਗਰੀਬ ਦੇ ਘਰ ਕੋਈ 10 12 ਬੰਦੇ ਇਕੱਠੇ ਹੁੰਦੇ ਇਹ ਕੰਧਾਂ ਢਪਾਉਂਦੇ ਲੋਕਾਂ ਨੂੰ ਇਹਨਾਂ ਦੇ ਪੁਲਿਸ ਵਾਲੇ ਕੁੱਟ-ਕੁੱਟ ਕੇ ਲਾਸ਼ਾਂ ਪਾ ਦਿੰਦੇ ਲੋਕਾਂ ਨੂੰ ਰੋਟੀ ਵੀ ਨਹੀਂ ਖਾਣ ਦਿੰਦੇ ਤੇ ਬਾਅਦ ਚ ਉਹਨਾਂ ਦੇ ਪਰਚੇ ਵੀ ਕਰਦੇ ਚਲਾਨ ਵੀ ਕਰਦੇ ਆ ਕੀ ਹੁਣ ਸਰਕਾਰ ਇਹਨਾਂ ਦੇ ਚਲਾਨ ਕਰੂਗੀ ਡੀਜੀਪੀ ਸਾਹਿਬ ਨੂੰ ਵੀ ਮੈਂ ਪੁੱਛਣਾ ਚਾਹੁੰਨਾ ਕੀ ਇਹਨਾਂ ਦੇ ਉੱਤੇ ਪਰਚਾ ਦਰਜ ਹੋਊਗਾ ਮਿਹਰਬਾਨੀ ਸੋਇ ਉਸ ਹੀ ਲੋਚਨ ਸਾਹਿਬ ਪਾਰਟੀ ਤੋਂ ਸਹਿਰੀ ਪ੍ਰਧਾਨ ਸੁਜਿੰਦਰ ਸਿੰਘ ਪੱਤੂਪੁਰਾ ਜੀ ਜਿਨ੍ਹਾਂ ਨੇ ਅੱਜ ਨਰੀਅਲ ਪਾਣੀ ਵੰਡ ਕੇ ਜਿਹੜੀ ਐਮਐਨਟੀ ਪਾਵਰ ਵਧਾਉਣ ਵਾਸਤੇ ਗਿਆ ਜਿਆ ਸਰਕਾਰਾਂ ਦਾ ਸਾਰ ਨਹੀਂ ਲੈ ਰਹੀਆਂ ਆਮ ਜਨਤਾ ਦੀ ਪਰ ਉਹਨਾਂ ਵੱਲੋਂ ਜਿਹੜਾ ਨਰੀਅਲ ਪਾਣੀ ਦਿੱਤਾ ਜਾ ਰਿਹਾ ਆਮ ਜਨਤਾ ਨੂੰ ਅਸੀਂ ਅੱਜ ਵੀ ਜਿਹੜਾ ਲੋਚਨ ਸਾਹਿਬ ਪਾਰਟੀ ਦੇ ਨਾਲ ਹੀ ਸਮਾਸਾ ਵੀ ਪਹੁੰਚੇ ਹੋਏ ਨੇ 16 ਸਾਵੀ ਸਾਡੇ ਨਾਲ ਮੌਜੂਦ ਨੇ 16 ਸਾਹਿਬ ਪਹਿਲਾਂ ਜੀ ਆਇਆਂ ਨੂੰ ਜੀ ਤੁਹਾਡਾ ਚੈਨਲ ਪੰਜਾਬ ਦੇ ਵਿੱਚ ਮੈਂ ਚੈਨਲ ਪੰਜਾਬ ਦਾ ਧੰਨਵਾਦ ਕਰਦਾ ਕਿ ਸਾਡੀ ਜਿਹੜੀ ਆਵਾਜ਼ ਆ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਜੀ ਸੋਹਬ ਜਿਵੇਂ ਜਿਹੇ ਇਸ ਮਹਾਮਾਰੀ ਦੇ ਦੌਰਾਨ ਹੀ ਪਿਛਲੀ 2020 ਦੇ ਵਿੱਚ ਜਿਹੜੇ ਸਮਾਜ ਸੇਵੀ ਸੀ ਉਹਨਾਂ ਨੇ ਜਿੰਮਾ ਉਠਾਇਆ ਸੀ ਆਮ ਜਨਤਾ ਤਾਈ ਰਾਸ਼ਨ ਪਹੁੰਚਾਉਂਦਾ ਜਾਂ ਹਰ ਸਹੂਲਤ ਦੇ ਜਾਂਦਾ ਅੱਜ ਫੇਰ ਤੁਸੀਂ ਰੋਡ ਦੇ ਉਪਰ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਵੇਖੋ ਮੈਂ ਪਿਛਲੇ ਕਾਫੀ ਸਾਲਾਂ ਤੋਂ ਇਹੀ ਮੇਰੀ ਆਵਾਜ਼ ਆ ਕਿ ਜਿੱਥੇ ਸੇਵਾ ਦੀ ਗੱਲ ਆਉਂਦੇ ਆ ਉੱਥੇ ਏਕੇ ਦੀ ਗੱਲ ਹੁੰਦੀ ਜਾਂਦੀ ਸੇਵਾ ਵੇਲੇ ਏਕਾ ਸੋ ਅੱਜ ਜਿੱਥੇ ਪਿੱਛੇ ਤੁਸੀਂ ਕੋਰੋਨਾ ਦੀ ਗੱਲ ਕੀਤੀ ਆ ਤੇ ਕੋਰੋਨਾ ਦੇ ਵਿੱਚ ਵੀ ਬੜੇ ਰੋਸ਼ਨ ਦਿਮਾਗ ਲੋਕਾਂ ਨੇ ਜਿਹੜੇ ਬੁੱਧੀਜੀਵੀ ਲੋਕ ਆ ਜਿਹੜੇ ਦਰਦ ਰੱਖਦੇ ਆ ਉਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਉਸੇ ਪੜਾਅ ਦੇ ਚੱਲਦਿਆਂ ਅੱਜ ਇਹ ਸ਼ਲਾਂਘਾ ਜੋਗ ਪ੍ਰਾਲਾ ਜਿਹੜੇ ਲੋਕ ਇਨਸਾਫ ਪਾਰਟੀ ਦੇ ਉਪ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਤੋਂ ਸੁਭਜਿੰਦਰ ਸਿੰਘ ਮਾਹੋ ਜੀ ਸੋ ਮੈਂ ਪਹਿਲਾਂ ਤੇ ਇਹਨਾਂ ਦੀ ਸੋਚ ਨੂੰ ਸਵਾਗਤ ਵੀ ਕਰਦਾ ਸਲਾਮ ਵੀ ਕਰਦਾ ਕਿ ਲੀਡਰ ਹੋਣ ਵੇਖੋ ਲੀਡਰ ਜਿਹੜਾ ਉਹਨੇ ਸਿਆਸਤ ਕਰਨੀ ਆ ਚੰਗੀ ਸਿਆਸਤ ਕਰੇ ਸਿਆਸਤ ਦੇ ਨਾਲ ਨਾਲ ਸਾਡਾ ਫਰਜ਼ ਬਣਦਾ ਕਿ ਅਸੀਂ ਸੇਵਾ ਵੀ ਕਰੀਏ ਸੋ ਇਹਨਾਂ ਦਾ ਇੱਕ ਪਿਛਲੇ ਦਿਨੀ ਸਾਡੀ ਮੀਟਿੰਗ ਹੋਈ ਇਨਾਂ ਦੀ ਸੋਚ ਸੀ ਕਿ ਮੈਂ ਜਿੰਨੇ ਕੁ ਜੋਗਾ ਹਾਂ ਮੈਂ ਆਪਣੇ ਨਿੱਜੀ ਖਰਚੇ ਜਿਹੜੇ ਉਹ ਕੰਟਰੋਲ ਕਰਕੇ ਘਰ ਦੀ ਦਲੀਦ ਦੇ ਅੰਦਰ ਵੀ ਤੇ ਪਰਿਵਾਰ ਦਾ ਜਿਹੜਾ ਮੈਂ ਪਾਲਣ ਪੋਸ਼ਣ ਕਰਦਾ ਵਾਂ ਉੱਥੇ ਵੀ ਘਰੇ ਵੀ ਦੁੱਖ ਸੁੱਖ ਦੇ ਅਸੀਂ ਸਾਰਾ ਕੁਝ ਕਰਦੇ ਹਾਂ ਸੋ ਇੱਥੇ ਦੁੱਖ ਸੁੱਖ ਦੀ ਗੱਲ ਕਰੀਏ ਤੇ ਸਾਡੇ ਸਮਾਜ ਦੇ ਵਿੱਚ ਫਰਜ਼ ਤੇ ਬੰਦਾ ਸਰਕਾਰਾਂ ਦਾ ਸਰਕਾਰਾਂ ਸੁੱਤੀਆਂ ਸਾਰਿਆਂ ਨੂੰ ਪਤਾ ਸਰਕਾਰਾਂ ਨੂੰ ਕੋਈ ਹੋਸ਼ ਨਹੀਂ ਲੋਕ ਮਰ ਰਹੇ ਆ ਕਰੋਨਾ ਤੋਂ ਮਰ ਜਾਣਗੇ ਆਰਥਿਕ ਮੰਦੀ ਤੋਂ ਮਰ ਜਾਣਗੇ ਸੋ ਇਹਨਾਂ ਨੇ ਆਪਣਾ ਮੁਢਲਾ ਫਰਜ਼ ਸਮਝਿਆ ਜਿੰਨੇ ਜੋਗੇ ਵੀ ਹੈਗੇ ਸਲਾਮ ਹੈ ਇਹਨਾਂ ਨੂੰ ਸੋ ਇਹਨਾਂ ਨੇ ਅੱਜ ਜਿਹੜਾ ਇਹ ਜਿਹੜੇ ਸਾਡੇ ਕਿਰਤੀ ਲੋਕ ਆ ਆਪਣੀ ਰੋਜੀ ਰੋਟੀ ਵਾਸਤੇ ਪਰਿਵਾਰ ਵਾਸਤੇ ਅੱਜ ਸੜਕਾਂ ਤੇ ਉਤਰਿਆ ਕੰਮ ਕਰ ਰਿਹਾ ਉਹਨਾਂ ਨੂੰ ਨਾਰੀਅਲ ਪਾਣੀ ਪਿਆ ਕੇ ਉਹਨਾਂ ਨੂੰ ਸਮਝਾਇਆ ਕਿ ਸਰਕਾਰਾਂ ਨੇ ਕੱਖ ਨਹੀਂ ਜੇ ਕਰਨਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਸੋ ਲੋਕਾਂ ਨੂੰ ਜਾਗਰੂਕ ਕੀਤਾ ਕਿ ਤੁਹਾਨੂੰ ਆਪ ਆਪਣਾ ਸਾਹਮਣਾ ਪੈਣਾ ਅਸੀਂ ਜਿੰਨੇ ਜੋਗੇ ਅਗੇ ਤੁਹਾਡੇ ਨਾਲ ਖਲੋਤੇ ਆ ਤੇ ਸਰਕਾਰਾਂ ਨੂੰ ਲਾਹਨਤਾਂ ਪਾਈਆਂ ਬੜੇ ਦੁੱਖ ਦੀ ਗੱਲ ਆ ਕਿ ਸਰਕਾਰਾਂ ਦੇ ਸਿਰ ਤੇ ਜੋ ਹੀ ਨਹੀਂ ਸਰਕਦੀ ਬਾਈ ਦੀ ਕੁਰਸੀ ਨਜ਼ਰ ਆਉਂਦੀ ਉਹਨਾਂ ਨੂੰ ਪਰ ਲੋਕ ਨਹੀਂ ਨਜ਼ਰ ਆਉਂਦੇ ਉਹ ਜੇ ਲੋਕ ਬਚਣਗੇ ਤੇ ਮੁੱਖ ਮੰਤਰੀ ਬਣੋਂਗੇ ਵੋਟਾਂ ਪੈਣਗੀਆਂ ਜੇ ਲੋਕ ਹੀ ਨਾ ਰਹਿ ਜੰਡੀਗੜ੍ਹ ਹੈ ਜੂ ਤੇ ਪਿੰਡਾਂ ਰਗਾ ਰਹ ਜੂ ਜੇ ਪਿੰਡ ਹੀ ਟਾਹ ਜੂ ਤੇ ਪਿੱਛੇ ਕੀ ਰਹਿ ਜੂ ਸੋ ਸਾਡਾ ਅੱਜ ਨਾਰਾ ਆ ਕਿ ਆਓ ਡਟ ਕੇ ਪਹਿਰਾ ਲਾਈਏ ਕਰੋਨਾ ਮੁਕਤ ਸਮਾਜ ਬਣਾਈਏ ਇਹ ਸਮਾਜ ਸੇਵ ਦੇ ਰੂਪ ਵਿੱਚ ਆਏ ਨੇ ਮੈਂ ਇਹਨਾਂ ਦਾ ਤੇ ਇਹਨਾਂ ਵਰਗੇ ਸੋਚ ਰੱਖਣ ਵਾਲੇ ਉਹਨਾਂ ਲੀਡਰਾਂ ਦਾ ਸਵਾਗਤ ਕਰਦਾ ਜਿਹੜੇ ਦਰਦੀ ਨੇ ਹੂੰ ਕੁਰਸੀ ਪਿੱਛੇ ਭੱਜਣ ਵਾਲੇ ਨਹੀਂ ਸੋ ਸਾਰੇ ਲੀਡਰਾਂ ਨੂੰ ਤੇ ਬੁੱਧੀਜੀਵੀ ਲੋਕਾਂ ਨੂੰ ਸਾਰਿਆਂ ਨੂੰ ਸਾਨੂੰ ਜਾਗਣਾ ਚਾਹੀਦਾ ਕਿ ਦੀਵਾ ਦੀਵਾ ਬਾਲਾਂਗੇ ਤੇ ਦੀਵਾਲੀ ਬਣਨੀ ਆ ਸੋ ਸਾਡਾ ਮੋਢਲਾ ਫਰਜ਼ ਆ ਜਿਵੇਂ ਇਹਨਾਂ ਨੇ ਆਪਣਾ ਮੋਢਲਾ ਫਰਜ਼ ਜਿਹੜਾ ਅਦਾ ਕੀਤਾ ਵਾ ਬਾਕੀ ਲੀਡਰਾਂ ਨੂੰ ਜਗਾਉਣਾ ਚਾਹਣਾ ਕਿ ਮਾਊ ਸਾਹਿਬ ਦੀ ਸੋਚ ਵਾਂਗੂ ਘਰੋਂ ਨਿਕਲੋ ਜਿੰਨੇ ਜੋਗੇ ਹੈਗੇ ਅਜੇ ਆਹ ਰਲ ਮਿਲ ਕੇ ਕੰਮ ਕਰੀਏ ਸੇਵਾ ਵੇਲੇ ਏਕੇ ਦੀ ਗੱਲ ਕਰੀਏ ਸਿਆਸਤ ਦੀ ਗੱਲ ਨਾ ਕਰੀਏ ਸੋ ਸਾਰਿਆਂ ਨੂੰ ਇੱਕੋ ਹੀ ਬੇਨਤੀ ਆ ਕਿ ਰਲ ਮਿਲ ਕੇ ਆਪਾਂ ਇਹ ਸਮਾਜ ਨੂੰ ਜਿਹੜਾ ਉਹ ਮਹਾਂਮਾਰੀ ਤੋਂ ਦੂਰ ਕਰ ਲੀਏ ਫਿਰ ਇਲੈਕਸ਼ਨ ਦੀ ਸਿਆਸੀ ਗੱਲ ਸਾਰੇ ਉਹ ਆਪੋ ਆਪਣੇ ਲੀਡਰ ਕਰਦੇ ਰਹਿਣਗੇ ਮਿਹਰਬਾਨੀ ਜੀ ਬਤੂਰਾ ਸਾਹਿਬ ਦੁਬਾਰਾ ਤੁਹਾਡੇ ਤਾਈਆਂ ਹੋਣੇ ਆ ਜੀ ਜਿਵੇਂ ਜਿਵੇਂ ਭਾਜਪਾ ਵਾਲੇ ਕਹਿੰਦੇ ਨੇ ਇਹ ਥਾਲੀਆਂ ਵਜਾਓ ਜਾਂ ਦੀਵੇ ਜਗਾਓ ਤਾਂ ਚਰੋਨਾ ਪਜਾਓ ਹੁਣ ਤੁਸੀਂ کہہ ਰਹੇ ਹੋ ਨਾਰੀਅਲ ਪਾਣੀ ਪੀਓ ਤੇ ਇਮਿਊਨਿਟੀ ਪਾਵਰ ਵਧਾਓ ਠੀਕ ਹੈ ਹੋ ਗਿਆ ਤੇ ਦੇਖੋ ਆਪਾਂ ਦੇਖ ਲਿਆ ਕਿ ਥਾਲੀਆਂ ਵਜਾ ਕੇ ਕੀ ਬਣਿਆ ਪੂਰੇ ਭਾਰਤ ਦੇ ਵਿੱਚ ਲਾਸ਼ਾਂ ਲਾਸ਼ਾਂ ਹੋ ਗਈਆਂ ਮੈਂ ਕਹਿਣਾ ਵਾਂ ਜੇ ਤੁਸੀਂ ਰਿਐਲਿਟੀ ਚੈੱਕ ਕਰੋ ਨਾ ਮਹਾਰਾਸ਼ਟਰ ਦੇ ਵਿੱਚ ਤੇ ਜੁਪੀ ਦੇ ਵਿੱਚ ਜੋ ਸਰਕਾਰ ਦੇ ਅੰਕੜੇ ਉਹ ਤੋਂ ਕਈ ਗੁਣਾ ਜ਼ਿਆਦਾ ਮੌਤਾਂ ਹੋਈਆਂ ਵਾ ਜਿਹੜੀਆਂ ਸਰਕਾਰਾਂ ਆਪਣੀ ਬਦਨਾਮੀ ਦੀਆਂ ਮਾਰੀਆਂ ਦੱਸ ਨਹੀਂ ਰਹੀਆਂ ਤੇ ਜਿਹੜੀ ਤੁਸੀਂ ਦੱਸ ਰਹੇ ਨਾ ਵੀ ਅਸੀਂ ਇਮਿਊਨਿਟੀ ਇੱਕ ਸਾਇੰਸ ਦੱਸ ਰਹੀ ਹੈ ਨਾ ਕਿ ਇਹਦੇ ਨਾਲ ਇਮਿਊਨਿਟੀ ਵਧਦੀ ਹੈ ਅਸੀਂ ਫੇਸ ਦੱਸ ਰਹੇ ਫਲ ਫਰੂਟ ਖਾਓ ਉਹਦੇ ਨਾਲ ਇਮਿਊਨਿਟੀ ਵਧੂਗੀ ਕਿਉਂਕਿ ਸਰਕਾਰਾਂ ਕੋਲ ਤੇ ਵੈਕਸੀਨਾਂ ਨਹੀਂ ਥਾਲੀਆਂ ਖੜਕਾਉਣ ਲਈ ਕਹਿੰਦੇ ਥਾਲੀਆਂ ਖੜਕਾਉਣਾ ਜੇ ਕਰੋਨਾ ਮਰਦਾ ਹੁੰਦਾ ਤੇ ਕਿਉਂ ਆਪਾਂ ਦੇ ਪਿਛਲੇ ਸਾਲ ਦੀਆਂ ਥਾਲੀਆਂ ਖੜਕਾਈਆਂ ਕਰੋਨਾ ਦੇ ਮਰਿਆ ਨਹੀਂ ਇਨਫੈਕਸ਼ਨ ਤੇ ਵੱਧ ਗਈ ਦੂਜੀ ਲਹਿਰ ਬਹੁਤ ਖਤਰਨਾਕ ਆ ਸਾਇੰਟਿਸਟ ਕਹਿ ਰਹੇ ਤੀਜੀ ਲਹਿਰ ਵੀ ਆਉਣੀ ਆ ਸਰਕਾਰਾਂ ਬਿਲਕੁਲ ਫੇਲ ਆ ਇਸ ਲਈ ਕਹਿੰਦੇ ਆ ਕਿ ਫਲ ਫਰੂਟ ਮੌਸਮੀ ਫਲ ਖਾਣ ਲੋਕ ਕਿਉਂਕਿ ਸਰਕਾਰਾਂ ਨੇ ਵੈਕਸੀਨ ਤੇ ਹੈ ਨਹੀਂ ਨਾ ਇਹਨਾ ਵੈਕਸੀਨ ਤੁਹਾਨੂੰ ਦੇਣੀ ਆ ਨਾ ਇਹਨਾ ਕੋਈ ਹੈਗੀ ਆ ਇਹਨਾ 22 ਦੀ ਤਿਆਰੀ ਦੇ ਵਿੱਚ ਲੱਗੇ ਜੇ ਤੇ ਉਹ ਜਿਹੜੇ ਉੱਪਰ ਵਾਲੇ ਆ ਉਹ 24 ਦੀ ਤਿਆਰੀ ਚ ਲੱਗੇ ਆ ਤੁਸੀਂਾਂ ਦੇ ਵੈਕਸੀਨ ਆਣੀਆਂ ਪਰ ਮੋਦੀ ਸਾਹਿਬ ਤਾਂ ਸੁਣਨ ਚ ਆਇਆ ਜਿਉਂ ਵੈਕਸੀਨਾਂ ਜਿਹੜੀ ਬਾਹਰਲੇ ਦੇਸਾਂ ਨੂੰ ਭੇਜ ਰਹੇ ਨੇ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੇ ਰਹੀਂ ਤੁਸੀਂ ਬਾਹਰ ਆਪਣੀਆਂ ਯਾਰੀਆਂ ਨਾ ਪਗਾਓ ਬਾਹਰ ਆਪਣੀ ਟੌਰ ਨਾ ਬਣਾਓ ਤੁਹਾਡੀ ਟੌਰ ਦਾ ਪਤਾ ਲੱਗ ਗਿਆ ਇੰਟਰਨੈਸ਼ਨਲ মিডিਆ ਦੇ ਵਿੱਚ ਲਾਸ਼ਾਂ ਦੀਆਂ ਫੋਟੋਆਂ ਜਾ ਚੁੱਕੀਆਂ ਵਾਂ ਉਹ ਭਾਰਤ ਦੇ ਨਕਸ਼ੇ ਦੇ ਉੱਤੇ ਲਾਸ਼ਾਂ ਦੀ ਫੋਟੋ ਲਾ ਕੇ ਸਾਰੇ ਮੀਡੀਆ 'ਚ ਵਿਖਾ ਰਿਹਾ ਸਾਡਾ ਗੋਦੀ ਮੀਡੀਆ ਤੇ ਵਿਖਾ ਨਹੀਂ ਰਿਹਾ ਪਰ ਉਹ ਵਿਖਾ ਰਿਹਾ ਆਪਣੀਆਂ ਯਾਰੀਆਂ ਨਾਲ ਨਭਾਓ ਵੈਕਸੀਨ ਦਾ ਪ੍ਰਬੰਧ ਕਰੋ ਔਰ ਮੈਂ ਤੁਹਾਨੂੰ ਦੱਸ ਦਿਆਂ ਸੈਂਟਰ ਸਰਕਾਰ ਹੀ ਵੈਕਸੀਨ ਦਾ ਇੰਤਜ਼ਾਮ ਕਰ ਸਕਦੀ ਆ ਦੂਜੀਆਂ ਜਿਹੜੀਆਂ ਸੂਬਾ ਸਰਕਾਰਾਂ ਵਾਂ ਉਹਨਾਂ ਨੂੰ ਕੰਪਨੀਆਂ ਨੇ ਨਾ ਕਰ ਦਿੱਤੀ ਆ ਔਰ ਸਰਕਾਰ ਨੂੰ ਬੇਨਤੀ ਆ ਜਲਦੀ ਤੋਂ ਜਲਦੀ ਵੈਕਸੀਨ ਦਾ ਇੰਤਜ਼ਾਮ ਕਰੋ ਤੇ ਲੋਕਾਂ ਨੂੰ ਬੇਨਤੀ ਆ ਕਿ ਸਰਕਾਰਾਂ ਨੇ ਤੁਹਾਨੂੰ ਰੱਬ ਦੇ ਆਸਰੇ ਛੱਡ ਤਾ ਰਿਏ ਤੁਸੀਂ ਰੱਬ ਦੇ ਆਸਰੇ ਪਰਮਾਦਮਾ ਦਾ ਨਾਮ ਲਓ ਤੇ ਨਾਰੀਅਲ ਪਾਣੀ ਪੀਵੋ ਤੇ ਹੋਰ ਮੌਸਮੀ ਫਲ ਖਾਓ ਤੁਹਾਡੀ ਇਮਿਊਨਿਟੀ ਵਧੇ ਤੇ ਤਾਂ ਬਚਾਊਗਾ ਵੈਕਸੀਨ ਦਾ ਤੇ ਮੈਨੂੰ ਲੱਗਦਾ ਨਹੀਂ ਐ 24 ਤੱਕ ਇਹ ਕਰ ਦੇਣਗੇ ਇੰਤਜ਼ਾਮ ਕੋਈ ਮੇਰਲਾ ਜੀ ਸੋ ਇਹ ਅਸੀਂ ਲੋਕ ਸੰਸਾਪ ਪਾਰਟੀ ਤੋਂ ਸੁਜਿੰਦਰ ਸਿੰਘ ਭੱਤੂਪੁਰਾ ਜੀ ਅਤੇ ਜਿਹੜੇ ਨੇ ਸਮਾਸ਼ ਸੇਵੀ ਵੀਰ ਰਸੋਲ ਸਾਹਿਬ ਉਹਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਕਿ ਸਰਕਾਰਾਂ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਉੱਥੇ ਉਹਨਾਂ ਨੇ ਰੇੜੀ ਦੇ ਉੱਪਰ ਨਾਰੀਅਲ ਰੱਖ ਕੇ ਜਿਹੜਾ ਆਮ ਜਨਤਾ ਨੂੰ ਨਾਰੀਅਲ ਪਾਣੀ ਦਿੱਤਾ ਤੇ ਇਮਿਊਨਿਟੀ ਪਾਵਰ ਵਧਾਉਣ ਵਾਸਤੇ ਗਿਆ ਮੈਨੂੰ ਦਿਓ ਜੀ